बोए से विविध करे बिरखा विस्थार जी। कहिंदे जिस तरह बोड़ दा बीज छोटा जिहा हुंदा है, पर जद बीज दिता जांदा है एक दिन बहुत वड्डा बिरश बन जांदा है। इसे प्रकार कहिंदे तू परमात्मा दे नाम दी कमाई करके देख। कबीर ऐसा बीज बोए बारह मास फलंत, शीतल छाया गैर फल पंखी केल करंत। तू भी इस तरह दा नाम दा बीज बीज के देख। जिथे होर तरह तरह दे कर्म कांड हन धार्मिक जगत दे विच, महाराज जी सानू समझाउंदे हन भी कलयुग दा भयानक समा है, ओ जल्दी फली भूत नहीं हुंदे हन। तू परमेश्वर दा नाम जप, इह नाम जपण दी रुत है कलयुग दा समा। आन रुती आन बोई है, महाराज कहिंदे फल ना फूलै ताहे। हुण जिहड़े खेती दे नाल संबंधित हन उहनां नूं पता हुंदा है वी जिहड़ी रुत है उही बीज बीजना है। जे होर रुत दे विच होर खेती बीज दी ते गल नहीं बणेगी, रुत वेखणी पैंदी है ना। महाराज जी ने सानू समझाया है भी होर भावें जिन्ने मर्जी तुसीं धार्मिक कर्म करो, पर परमेश्वर दा नाम जपना ना कदे वास्ते भी भुल्लो। दिने रात वाहिगुरु 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 दा अभ्यास करो। पंजां प्यारियां दे कोलों लै के दास अगे अगे बोलेगा, दो मिनट आपां जपिए ता कि गड्डी जड़ी है वह रेड़े परे पवे। वाहे गुरु वाहे गुरु वाहे गुरु वाहे गुरु। 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 साध संगत जी पातशाह जी दे वचन हन, अब कल्लू आयो रे एक नाम बोवो बोवो, आन रूत नाही नाही मत भरम भूलो भूलो। इतिहास दे विच जिक्र आउंदा है गुरसिखां ने धन मीरी पीरी दे मालक श्री गुरु हरगोबिंद साहिब जी दे चरणां दे विच बेनती कीती, सच्चे पातशाह सानू मूल सिक्ख्या समझाओ जिवें जीवन सफला होवे। महाराज सच्चे पातशाह आखण लगे तुसी पुन करो, तुसी दान करो, तुसी चंगे कर्म करो, जी सदके करो। पर आखण लगे भी गुरमुखो ये सारियां सिफरां हन, इनदा मुल तां पवेगा जे तुसी नाम जपोगे। तां नाम की है वो एका है, जिवें एका होवे जिन्नियां जिन्नियां नाल आपां सिफरां लाई जावांगे उन्नी उन्नी कीमत उहदी वड्डी बणदी जावेगी। एक सिफर लग गई दस बन गए, दो लग गईआं सौ बन गया, तीन लग गईआं हजार बन गया, चार लग गईआं फिर साध संगत जी दस हजार बन गया, जे पंज लग गईआं फिर लख बन गया। अमृत वेले गुरमंत्र दा अभ्यास करना, फिर बैठदियां उठदियां सौंदियां जागदियां चलदियां फिरदियां वाहिगुरु 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 मंत्र दा अभ्यास करना। ਅਤੇ ਜਦ ਫਿਰ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਤੁਸੀਂ ਫਿਰ ਚੰਗੇ ਕਰਮ ਕਰੋਗੇ ਨਾ, ਤੁਹਾਡੇ ਫਿਰ ਨਾਲ ਸਿਫਰਾਂ ਲੱਗਦੀਆਂ ਜਾਣਗੀਆਂ, ਜੀਵਨ ਬਰਕਤਾਂ ਦੇ ਨਾਲ ਭਰਦਾ ਜਾਵੇਗਾ। ਪਾਤਸ਼ਾਹ ਜੀ ਦੇ ਵਚਨ ਹਨ। ਚੰਗੇ ਕਰਮ ਕਰਨੇ ਚਾਹੀਦੇ ਹਨ,
ਪਰ ਕਹਿੰਦੇ ਉਦੋਂ ਕੀਮਤ ਪਵੇਗੀ ਜਦੋਂ ਆਪਾਂ ਗੁਰਮੰਤਰ ਦੇ ਨਾਲ ਜੁੜਾਂਗੇ। ਗੁਰਮੰਤਰ ਹੀਣ ਸਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਟਨੈ, ਕਿਉਂਕਿ ਕਿਸੇ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੇ ਅਸੀਂ ਨਹੀਂ ਜਪਦੇ ਕੀ ਅਸੀਂ ਜੀ ਨਹੀਂ ਸਕਦੇ। ਮਹਾਰਾਜ ਕਹਿੰਦੇ ਕਿਉਂ ਨਹੀਂ ਜੀ ਸਕਦੇ, ਜੀਵਿਆ ਜਾ ਸਕਦਾ ਹੈ, ਤੁਸੀਂ ਨਾ ਜਪੋ। ਪਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਜੀਵਿਆ ਜਾ ਸਕਦਾ ਜਿਵੇਂ ਕੁੱਤੇ ਜੀਂਦੇ ਹਨ, ਜਿਵੇਂ ਸੂਰ ਜੀਂਦੇ ਹਨ, ਜਿਵੇਂ ਸੱਪ ਜੀਂਦੇ ਹਨ, ਉਸ ਤਰ੍ਹਾਂ ਦਾ ਜੀਵਨ ਹੋਵੇਗਾ, ਜੀਵਿਆ ਜਾ ਸਕਦਾ ਹੈ। ਪਰ ਕਾਵਾਂ ਦੀ ਤਰ੍ਹਾਂ, ਕੁੱਤਿਆਂ ਦੀ ਤਰ੍ਹਾਂ, ਸੂਰਾਂ ਦੀ ਤਰ੍ਹਾਂ, ਬਿੱਲਿਆਂ ਦੀ ਤਰ੍ਹਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਬਸ ਨਾਮ ਦੇ ਤੁਸੀਂ ਬੰਦੇ ਹੋਵੋਗੇ, ਨਾਮ ਦੇ ਤੁਸੀਂ ਮਨੁੱਖ ਹੋਵੇਗੇ। ਜੇ ਗੁਰਮੰਤਰ ਨਹੀਂ ਨਾ ਜਪਿਆ ਫਿਰ ਕਰਮ ਜਿਹੜੇ ਹਨ ਉਹ ਪਸ਼ੂਆਂ ਵਰਗੇ, ਪਕਸ਼ੀਆਂ ਵਰਗੇ ਹੋਣਗੇ, ਕਾਵਾਂ ਕੁੱਤਿਆਂ ਵਰਗੇ ਹੋਣਗੇ। ਗੁਰਮੰਤਰ ਹੀਣ ਸਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਨੈ। ਮਹਾਰਾਜ ਕਹਿੰਦੇ ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ, ਕਾਵਾਂ ਦੀ ਤਰ੍ਹਾਂ, ਕੁੱਤਿਆਂ ਦੀ ਤਰ੍ਹਾਂ, ਗਧਿਆਂ ਦੀ ਤਰ੍ਹਾਂ, ਸੂਰਾਂ ਦੀ ਤਰ੍ਹਾਂ ਜੀਵਨ ਹੋਵੇਗਾ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਗੁਰਮੰਤਰ ਦਾ ਅਭਿਆਸ ਨਾ ਕੀਤਾ। ਸਾਧ ਸੰਗਤ ਜੀ, ਬੰਦੇ ਦੀ ਜ਼ਿੰਦਗੀ ਵਾਸਤੇ ਓਨੀ ਰੋਟੀ ਵੀ ਜ਼ਰੂਰੀ ਨਹੀਂ, ਓਨਾ ਪਾਣੀ ਵੀ ਜ਼ਰੂਰੀ ਨਹੀਂ ਜਿੰਨਾ ਗੁਰਮੰਤਰ ਜ਼ਰੂਰੀ ਹੈ। ਇਸ ਕਰਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ, ਗੁਰਮੰਤਰ ਲੈਣਾ ਚਾਹੀਦਾ ਹੈ ਪੰਜਾਂ ਪਿਆਰਿਆਂ ਦੇ ਕੋਲ, ਉਹਦੀ ਕਮਾਈ ਕਰਨੀ ਚਾਹੀਦੀ ਹੈ, ਵਰਨਾ ਜੀਵਨ ਅਜਾਈ ਚਲਿਆ ਜਾਂਦਾ ਹੈ, ਵਿਅਰਥ ਚਲਿਆ ਜਾਂਦਾ ਹੈ। ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਚਨ ਵੀ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਸਭ ਤੋਂ ਪਹਿਲਾਂ ਸ਼ੁਰੂਆਤ ਦੀ ਜਿਹੜੀ ਗੱਲ ਹੈ ਮਹਾਰਾਜ ਜੀ ਸਮਝਾਉਂਦੇ ਹਨ ਵੀ ਜਿਹੜਾ ਗੁਰਮੁਖ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਕਰੇ। ਸਧਾਰਨ ਰੂਪ ਦੇ ਵਿੱਚ ਕਿਤੇ ਧਿਆਨ ਲਗਾਉਣ ਦੀ ਜ਼ਰੂਰਤ ਨਹੀਂ ਹੈ, ਜਿਹੜੀ ਸਧਾਰਨ ਸਿੱਖਿਆ ਹੈ, ਕਿਉਂਕਿ ਜਿਹੜਾ ਸਿਮਰਨ ਹੈ ਨਾ ਆਪਣਾ ਕੇਂਦਰ ਆਪਣੇ ਆਪ ਹੀ ਚੁਣ ਲੈਂਦਾ ਹੈ। ਜਿੰਨੀ ਕੋਈ ਅਵਸਥਾ ਨੂੰ ਝੱਲਣ ਯੋਗ ਹੁੰਦਾ ਹੈ ਨਾ ਉਸ ਹਿਸਾਬ ਦੇ ਨਾਲ ਨਾਮ ਬਾਣੀ ਦੇ ਨਾਲ ਉਹਦੀ ਆਪਣੇ ਆਪ ਅਵਸਥਾ ਬਣ ਜਾਵੇਗੀ, ਕਿਤੇ ਵੀ ਧਿਆਨ ਲਗਾਉਣ ਦੀ ਜ਼ਰੂਰਤ ਨਹੀਂ, ਜਿਹੜੀ ਗੁਰਮਤ ਦੀ ਮੂਲ ਸਿੱਖਿਆ ਹੈ। ਡਾਂਡੇ ਮੀਂਡੇ ਜਿੰਨੇ ਮਰਜ਼ੀ ਰਸਤੇ ਕੱਢ ਲੈਂਦੇ ਹਨ ਪਰ ਜਿਹੜਾ ਪਾਤਸ਼ਾਹ ਨੇ ਸਾਨੂੰ ਰਸਤਾ ਸਮਝਾਇਆ ਹੈ ਨਾ ਉਹ ਹੈ ਕਿ ਬਾਣੀ ਦੇ ਵਿੱਚ ਹੀ ਧਿਆਨ ਜੋੜਨਾ ਹੈ, ਨਾਮ ਦੇ ਵਿੱਚ ਹੀ ਧਿਆਨ ਜੋੜਨਾ ਹੈ, ਰਸਨਾ ਦੇ ਨਾਲ ਗਾਓ, ਕੰਨਾਂ ਦੇ ਨਾਲ ਸੁਣੋ, ਇਹੀ ਧਿਆਨ ਸਾਧਨਾ ਹੈ, ਇਹੀ ਸ਼ਬਦ ਸੁਰਤ ਦੀ ਸਾਧਨਾ ਹੈ। ਸਿੱਧਾਂ ਨੇ ਕਿਹਾ ਸੀ ਨਾ ਸੰਸਾਰ ਸਾਗਰ ਦੇ ਵਿੱਚ ਬੜੀ ਤਿਲਕਣਬਾਜ਼ੀ ਹੈ, ਕਿਵੇਂ ਪਾਰ ਹੋਇਆ ਜਾਵੇ, ਕਿਵੇਂ ਤਰਿਆ ਜਾਵੇ, ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ। ਮਹਾਰਾਜ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਕਹਿੰਦੇ ਤੁਸੀਂ ਗੁਰੂ ਵਾਲੇ ਬਣ ਕੇ ਗੁਰੂ ਦੇ ਅਸੂਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਜਦੋਂ ਤੁਸੀਂ ਗੁਰਮੰਤਰ ਦੀ ਕਮਾਈ ਕਰੋਗੇ ਨਾ ਫਿਰ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਕਮਲ ਰਹਿੰਦਾ ਹੈ ਨਾ ਤੁਸੀਂ ਡੁੱਬੋਗੇ ਨਹੀਂ ਸੰਸਾਰ ਦੇ ਵਿੱਚ। ਜਿੰਨਾ ਜਿੰਨਾ ਪਾਣੀ ਵੱਧਦਾ ਜਾਵੇਗਾ ਤੁਸੀਂ ਹੋਰ ਉੱਚੇ ਹੁੰਦੇ ਜਾਓਗੇ। ਜਿਹੜਾ ਮਨਮੁਖ ਬੰਦਾ ਹੈ ਉਹਨੂੰ ਇੱਕ ਰੁਪਈਆ ਵੀ ਡੋਬ ਦਿੰਦਾ ਹੈ ਪਰ ਜੇ ਗੁਰਮੁਖ ਹੋ ਗਿਆ ਭਾਵੇਂ ਅਰਬਾਂ ਖਰਬਾਂ ਦਾ ਮਾਲਕ ਹੋ ਜਾਵੇ ਉਹਨੂੰ ਮਾਇਆ ਡੋਬੇਗੀ ਨਹੀਂ ਕਿਉਂਕਿ ਉਹਨੂੰ ਵਿੱਚ ਰਹਿਣ ਦੀ ਜਾਚ ਆ ਗਈ।
ਪਾਤਸ਼ਾਹ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਲੈ ਸਾਣੇ। ਦੂਸਰੀ ਉਦਾਹਰਣ ਪਾਤਸ਼ਾਹ ਜੀ ਨੇ ਦਿੱਤੀ ਹੈ ਮੁਰਗਾਬੀ ਦੀ। ਕਹਿੰਦੇ ਮੁਰਗਾਬੀ ਜਿਹੜੀ ਹੈ ਪਾਣੀ ਦੇ ਵਿੱਚ ਵੀ ਤਾਰੀਆਂ ਲਾ ਲੈਂਦੀ ਹੈ, ਆਕਾਸ਼ ਵਿੱਚ ਵੀ ਤਾਰੀਆਂ ਲਾ ਲੈਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਸੰਸਾਰ ਦੇ ਫਰਜ਼ ਵੀ ਪੂਰੇ ਕਰ ਲੈਂਦੇ ਹਨ, ਚਿਦਾ ਆਕਾਸ਼ ਦੀਆਂ ਵੀ ਤਾਰੀਆਂ ਲਾ ਲੈਂਦੇ ਹਨ, ਪਰਮੇਸ਼ਰ ਦੇ ਨਾਮ ਦੇ ਨਾਲ ਵੀ ਆਪਣੀ ਸੁਰਤ ਜੋੜ ਲੈਂਦੇ ਹਨ। ਜਿਨ੍ਹਾਂ ਨੇ ਬਾਣੀ ਦੇ ਨਾਲ ਆਪਣਾ ਧਿਆਨ ਜੋੜਿਆ, ਜਿਨ੍ਹਾਂ ਨੇ ਗੁਰਮੰਤਰ ਦੇ ਨਾਲ ਆਪਣਾ ਧਿਆਨ ਜੋੜਿਆ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਇਹ ਕਿਵੇਂ ਹੁੰਦਾ ਹੈ? ਜਦੋਂ ਕਹਿੰਦੇ ਆਪਾਂ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਾਂ, ਮਹਾਰਾਜ ਨੇ ਤਾਂ ਸਾਨੂੰ ਸਿੱਧਾ ਰਸਤਾ ਦੱਸਿਆ ਹੈ। ਕਿਸੇ ਡੰਬੀਆਂ ਪਖੰਡੀਆਂ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਪਾਤਸ਼ਾਹ ਜੀ ਨੇ ਸਿੱਧਾ ਰਸਤਾ ਦੱਸਿਆ ਹੈ। ਖੁਦ ਅਭਿਆਸ ਕਰੋ, ਆਪਣੇ ਪੈਰਾਂ ਤੇ ਖੜੇ ਹੋਵੋ, ਕਿਸੇ ਦੇ ਕੋਲੋਂ ਅਰਦਾਸਾਂ ਕਰਾਉਣ ਦੀ ਲੋੜ ਨਹੀਂ ਹੈ, ਤੁਹਾਡੀ ਕਿਹੜੀ ਸੁਣੇਗਾ, ਨਹੀਂ ਤੁਸੀਂ ਆਪ ਅਰਦਾਸ ਕਰੋ। ਸਾਧ ਸੰਗਤ ਜੀ ਦੇਖੋ, ਮੱਖਣ ਸ਼ਾਹ ਲਬਾਣੇ ਦਾ ਬੇੜਾ ਡੁੱਬ ਰਿਹਾ ਸੀ ਨਾ, ਕਿਸੇ ਨੇ ਕਿਹਾ ਜਿਹੜੇ ਮੁਸਲਮਾਨ ਸਨ ਕਹਿੰਦੇ ਖਵਾਜਾ ਖੇਜਰ ਨੂੰ ਅਸਾਂ ਆਪਾਂ ਯਾਦ ਕਰਦੇ ਹਾਂ, ਜਿਹੜੇ ਹਿੰਦੂ ਸਨ ਵਿੱਚ ਜਹਾਜ਼ ਦੇ ਆਖਣ ਲੱਗੇ ਅਸੀਂ ਵਰਣ ਦੇਵਤੇ ਨੂੰ ਯਾਦ ਕਰਦੇ ਹਾਂ, ਉਹ ਸਾਡੀ ਸਹਾਇਤਾ ਕਰੇਗਾ। ਆਪਣੀ ਆਪਣੀ ਜਗ੍ਹਾ ਤੇ ਸਾਰੇ ਚੰਗੇ ਹਨ, ਕਿਸੇ ਨੂੰ ਮਾੜਾ ਨਹੀਂ ਆਖਿਆ ਗਿਆ, ਪਰ ਸਿੱਖ ਨੇ ਤਾਂ ਉਹੀ ਰਾਹ ਅਪਣਾਉਣਾ ਹੈ ਨਾ ਜਿਹੜਾ ਸਿੱਖ ਨੂੰ ਗੁਰੂ ਨੇ ਦੱਸਿਆ ਹੈ। ਮੱਖਣ ਸ਼ਾਹ ਲਬਾਣਾ ਆਖਣ ਲੱਗੇ ਵੀ ਇਸ ਤਰ੍ਹਾਂ ਨਹੀਂ, ਮੈਂ ਤਾਂ ਪਾਤਸ਼ਾਹ ਜੀ ਨੂੰ ਯਾਦ ਕਰਾਂਗਾ। ਜੋ ਗੁਰੂ ਘਰ ਦੇ ਅਸੂਲ ਸਨ, ਜਪਜੀ ਸਾਹਿਬ ਦਾ ਪਾਠ ਇਕਾਗਰਤਾ ਦੇ ਨਾਲ ਕੀਤਾ। ਹੁਣ ਆਪਾਂ ਕਹਿੰਦੇ ਹਾਂ ਨਾ ਵੀ ਨਾਮ ਜਪਣਾ ਬੜਾ ਔਖਾ ਹੈ ਜੀ, ਸਾਧ ਸੰਗਤ ਜੀ ਹੈ ਔਖਾ ਇਸ ਕਰਕੇ ਕਿਉਂਕਿ ਸੁਣਨਾ ਔਖਾ ਹੈ, ਧਿਆਨ ਪਾਸੇ ਚਲਿਆ ਜਾਂਦਾ ਹੈ, ਧਿਆਨ ਫੁਰਨਿਆਂ ਦੇ ਵਿੱਚ ਚਲਿਆ ਜਾਂਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇੱਕ ਘੰਟਾ ਨਿਤਨੇਮ ਨੂੰ ਲੱਗਦਾ ਹੈ ਨਾ, ਜੇ ਕਿਧਰੇ ਇੱਕ ਸੈਕਿੰਡ ਵੀ ਧਿਆਨ ਜੁੜ ਗਿਆ ਨਾ, ਸਮਝ ਲਓ ਰਹਿਮਤ ਦੀ ਬਾਰਿਸ਼ ਹੋਣੀ ਸ਼ੁਰੂ ਹੋ ਗਈ ਹੈ। ਐਸੀ ਗੱਲ ਨਹੀਂ ਹੈ, ਆਪਣੇ ਆਪਣੇ ਅੰਦਰ ਆਪਾਂ ਝਾਤ ਮਾਰ ਸਕਦੇ ਹਾਂ। ਜਿਸ ਵਕਤ ਨਿਤਨੇਮ ਕਰਦੇ ਹਾਂ ਕਿੰਨੇ ਕੰਮ ਯਾਦ ਆਉਂਦੇ ਹਨ, ਕਿੰਨੇ ਫੁਰਨੇ ਬਣਦੇ ਹਨ, ਕਿਉਂਕਿ ਜੇ ਜੀਵਨ ਦੇ ਵਿੱਚ ਇਕਾਗਰਤਾ ਨਹੀਂ ਆਈ, ਜਦ ਇਕਾਗਰਤਾ ਆ ਗਈ ਫਿਰ ਰਸ ਆ ਜਾਵੇਗਾ, ਫਿਰ ਧਿਆਨ ਜੁੜੇਗਾ, ਫਿਰ ਸਮਾਧੀ ਦੀ ਪ੍ਰਾਪਤੀ ਹੋਵੇਗੀ, ਫਿਰ ਸਾਰੀਆਂ ਬਰਕਤਾਂ ਮਿਲਣਗੀਆਂ। ਮੱਖਣ ਸ਼ਾਹ ਲਬਾਣੇ ਨੇ ਇਕਾਗਰਤਾ ਦੇ ਨਾਲ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਔਰ ਸਾਧ ਸੰਗਤ ਜੀ ਫਿਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿੱਥੇ ਬਾਬਾ ਬਕਾਲਾ ਦੀ ਧਰਤੀ, ਕਿੱਥੇ ਗੁਜਰਾਤ ਦੇ ਵਿੱਚ ਸੂਰਤ ਬੰਦਰਗਾਹ ਦੇ ਲਾਗੇ ਪਾਸੇ ਕਿਧਰੇ ਉਹਦਾ ਜਹਾਜ਼ ਡੁੱਬ ਰਿਹਾ ਸੀ, ਕਿੱਥੇ ਗੁਜਰਾਤ, ਕਿੱਥੇ ਸੂਰਤ, ਕਿੱਥੇ ਬਾਬਾ ਬਕਾਲਾ। ਹੁਣ ਕੋਈ ਨਕਲੀ ਨਿਰੰਕਾਰੀ, ਕੋਈ ਡੰਬੀ ਪਖੰਡੀ, ਕੋਈ ਰਾਧਾ ਸੁਆਮੀ ਪਨਿਹਾਰੇ ਵਾਲਾ ਕੋਈ ਆਖੇ ਨਾ ਵੀ ਮੈਂ ਆਪਣੇ ਕਿਸੇ ਚੇਲੇ ਦਾ ਜਹਾਜ਼ ਐਡੀ ਦੂਰ ਜਾ ਕੇ ਬੰਨੇ ਲਾ ਦੇਵਾਂ, ਨਹੀਂ ਲਾ ਸਕਦਾ, ਕਿਉਂਕਿ ਵਿਆਪਕ ਨਹੀਂ ਹੈ ਨਾ ਉਹ। ਪਰਮੇਸ਼ਰ ਵਿਆਪਕ ਹੈ ਸਾਰੇ ਪਾਸੇ, ਸਾਡੇ ਸਤਿਗੁਰੂ ਸਾਹਿਬਾਨ ਜਰੇ ਜਰੇ ਦੇ ਵਿੱਚ ਵਿਆਪਕ ਹਨ, ਜਿੱਥੇ ਵੀ ਕੋਈ ਯਾਦ ਕਰੇਗਾ ਉੱਥੇ ਹਾਜ਼ਰ ਹੁੰਦੇ ਹਨ। ਮਤਾਂ ਸਿੱਖ ਸੋਚੇ ਵੀ ਮੈਂ ਕੋਈ ਕੰਮ ਕਰ ਰਿਹਾ ਹਾਂ, ਜਿਨ੍ਹਾਂ ਦੇ ਸੀਸ ਤੇ ਪਾਤਸ਼ਾਹ ਹੱਥ ਰੱਖਦੇ ਹਨ ਉਹਨਾਂ ਦੇ ਕਾਰਜ ਸਤਿਗੁਰ ਆਪ ਕਰਦੇ ਹਨ, ਆਪ ਸਵਾਰਦੇ ਹਨ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ,
ਤਹਾਂ ਤਹਾਂ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਕੈ ਸੇਵਕ ਤਤਕਾਲ ਹੋਇਆ ਵੈ। ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਪਤ ਰੂਪ ਦੇ ਵਿੱਚ ਉੱਥੇ ਪਹੁੰਚਣਾ ਕੀਤਾ ਸੂਰਤ ਬੰਦਰਗਾਹ। ਉਹਦਾ ਜਿਹੜਾ ਜਹਾਜ਼ ਫਸਿਆ ਹੋਇਆ ਸੀ ਨਾ ਬਰੇਤੀ ਦੇ ਵਿੱਚ, ਉਹ ਠਿੱਲ ਪਿਆ, ਚੱਲ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਤੋਰਿਆ। ਫਿਰ ਮਨ ਦੇ ਵਿੱਚ ਖਿਆਲ ਆਇਆ ਵੀ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨੇ ਚਾਹੀਦੇ ਹਨ। ਸਿੱਖ ਨੂੰ ਹਦਾਇਤ ਹੈ ਵੀ ਆਪਣੀ ਦਸਵੰਧ ਦੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਕਰੇ, ਜਾਂ ਕੋਈ ਮਨ ਦੇ ਵਿੱਚ ਇੱਛਾ ਵੀ ਕੀਤੀ ਹੋਈ ਹੋਵੇ, ਕੋਈ ਸੁਖਣਾ ਵੀ ਸੁਖੀ ਹੋਈ ਹੋਵੇ, ਤਾਂ ਵੀ ਕੋਈ ਗੁਰਮਤ ਤੋਂ ਉਲਟ ਗੱਲ ਨਹੀਂ ਹੈ। ਸਿੱਖ ਇਸ ਤਰ੍ਹਾਂ ਦੀ ਅਰਦਾਸ ਕਰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਾਰਜ ਰਾਸ ਕਰ ਦਿਓ, ਮੈਂ ਇਹ ਸੇਵਾ ਕਰਾਂਗਾ, ਮੈਂ ਇਹ ਸੇਵਾ ਕਰਾਂਗਾ। ਜੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਮਨਮਤ ਹੈ, ਫਿਰ ਗੁਰਮਤ ਕਿਹਨੂੰ ਆਖਦੇ ਹਨ? ਅੱਜ ਮੀਡੀਏ ਦਾ ਯੁੱਗ ਹੈ, ਜਣਾਖਣਾ ਉੱਠਦਾ ਹੈ, ਸਾਡੀ ਸ਼ਰਧਾ ਨੂੰ ਭੰਗ ਕਰੀ ਜਾ ਰਿਹਾ ਹੈ, ਕਿਉਂਕਿ ਅਸੀਂ ਪੱਕੇ ਨਹੀਂ ਹਾਂ ਆਪਣੇ ਗੁਰੂ ਦੀ ਮਤ ਦੇ ਵਿੱਚ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਜਗ੍ਹਾ ਬਚਨ ਕੀਤੇ ਹਨ, ਉਹ ਕਹਿੰਦੇ ਜੈਸੇ ਤਉ ਜੌਹਰੀ ਪਰਖ ਜਾਣਤ ਹੈ ਰਤਨ ਕੀ, ਪੇਖਤ ਹੀ ਕਹੇ ਖੋਟੋ ਖਰੋ ਬੁਰੋ ਲੇਖ ਹੀ। ਕਹਿੰਦੇ ਜਿਹੜਾ ਗੁਰਸਿੱਖ ਹੁੰਦਾ ਹੈ ਨਾ, ਨਿਤਨੇਮ ਕਰਨ ਵਾਲਾ, ਬਾਣੀ ਪੜ੍ਹਨ ਵਾਲਾ, ਬਾਣੀ ਸੁਣਨ ਵਾਲਾ, ਬਾਣੀ ਦੀ ਵਿਚਾਰ ਕਰਨ ਵਾਲਾ, ਕਹਿੰਦੇ ਉਹਨੂੰ ਦੁਨੀਆਂ ਦੀ ਕੋਈ ਤਾਕਤ ਭਰਮਾ ਨਹੀਂ ਸਕਦੀ। ਪੱਕੀ ਨਿਸ਼ਾਨੀ ਕੀ ਹੈ ਗੁਰਸਿੱਖ ਦੀ? ਵੀ ਉਹਨੂੰ ਕੋਈ ਆਪਣੇ ਪਿੱਛੇ ਨਹੀਂ ਲਾ ਸਕਦਾ, ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਦੇਵੇ, ਇਸ ਤਰ੍ਹਾਂ ਨਹੀਂ ਕਰ ਸਕਦਾ। ਕਿਉਂਕਿ ਭਾਈ ਸਾਹਿਬ ਜੀ ਕਹਿੰਦੇ ਉਹਦੀ ਅਵਸਥਾ ਇੱਕ ਜੌਹਰੀ ਵਰਗੀ ਬਣ ਜਾਂਦੀ ਹੈ। ਹੁਣ ਆਮ ਬੰਦੇ ਨੂੰ ਤਾਂ ਕਿਹਾ ਜਾ ਸਕਦਾ ਹੈ ਕੱਚ ਦਾ ਟੁਕੜਾ ਵਿਖਾਲ ਕੇ ਵੀ ਇਹ ਹੀਰਾ ਮੈਂ ਫੜਿਆ ਹੋਇਆ ਹੈ, ਅਗਲਾ ਸੱਚ ਮੰਨ ਲਵੇਗਾ, ਪਰ ਜੌਹਰੀ ਨੂੰ ਨਹੀਂ ਇਸ ਤਰ੍ਹਾਂ ਕੀਤਾ ਜਾ ਸਕਦਾ, ਝੱਟ ਵੇਖ ਲੈਂਦਾ ਹੈ ਅਗਲਾ। ਜੈਸੇ ਖੀਰ ਨੀਰ ਨਿਰਵਾਰੋ ਕਹਿ ਬਖਾਨੀਅਤ, ਕਹਿੰਦੇ ਜਿਸ ਤਰ੍ਹਾਂ ਦੁੱਧ ਦੇ ਵਿੱਚ ਕੋਈ ਪਾਣੀ ਮਿਲਾ ਦੇਵੇ ਨਾ, ਰਾਖੀਏ ਮਿਲਾਏ ਭਿੰਨ ਭਿੰਨ ਕਹਿ ਸਰੇਖ ਹੀ। ਗੁਰਸਿੱਖ ਦੀ ਅਵਸਥਾ ਭਾਈ ਸਾਹਿਬ ਜੀ ਕਹਿੰਦੇ ਹੰਸ ਵਰਗੀ ਹੁੰਦੀ ਹੈ, ਜਿਵੇਂ ਉਹ ਪਾਣੀ ਨੂੰ ਅਲੱਗ ਕਰ ਦਿੰਦਾ ਹੈ, ਦੁੱਧ ਨੂੰ ਅਲੱਗ ਕਰ ਦਿੰਦਾ ਹੈ। ਅੱਜ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜਿਹੜੇ ਗੁਰਮਤ ਅਤੇ ਮਨਮਤ ਨੂੰ ਰਲਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਮ ਬੰਦੇ ਦੇ ਕੋਲੋਂ ਨਿਖੇੜਾ ਹੋਣਾ ਬੜਾ ਮੁਸ਼ਕਲ ਹੁੰਦਾ ਹੈ, ਕਹਿੰਦੇ ਕਿਹੜੀ ਗੱਲ ਸਹੀ ਮੰਨੀ ਜਾਵੇ, ਕਿਹੜੀ ਗੱਲ ਗਲਤ ਮੰਨੀ ਜਾਵੇ। ਮਹਾਰਾਜ ਕਹਿੰਦੇ ਸਿਵਾਏ ਇਸ ਗੱਲ ਦੇ ਵੀ ਤੁਸੀਂ ਨਿਖੇੜਾ ਕਰਨ ਦੇ ਨਹੀਂ ਸਮਰੱਥ ਹੋ, ਜਾਂ ਤਾਂ ਗੁਰਸਿੱਖਾਂ ਦੇ ਕੋਲੋਂ ਨਖੇੜਾ ਕਰਵਾ ਲਓ, ਜੇ ਨਹੀਂ ਤਾਂ ਖੁਦ ਸਤਿਗੁਰ ਦੀ ਬਾਣੀ ਦੇ ਨਾਲ ਜੁੜੋ, ਖੁਦ ਸੇਵਾ ਕਰੋ, ਖੁਦ ਸਿਮਰਨ ਕਰੋ, ਪਾਤਸ਼ਾਹ ਤੁਹਾਡੀ ਅਵਸਥਾ ਵੀ ਹੰਸ ਵਰਗੀ ਬਣਾ ਦੇਣਗੇ। ਤੁਹਾਨੂੰ ਕੋਈ ਭਟਕਾ ਨਹੀਂ ਸਕੇਗਾ, ਕੋਈ ਭਰਮ ਦੇ ਵਿੱਚ ਨਹੀਂ ਪਾ ਸਕੇਗਾ। ਅੱਜ ਇਸ ਤਰ੍ਹਾਂ ਦੀ ਬਹੁਤ ਵੱਡੀ ਤ੍ਰਾਸਦੀ ਬਣ ਰਹੀ ਹੈ, ਗੁੰਮਰਾਹ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਨੂੰ, ਗੁਰੂ ਦੇ ਨਾਲੋਂ ਤੋੜਿਆ ਜਾ ਰਿਹਾ ਹੈ, ਗੁਰਧਾਮਾਂ ਦੇ ਨਾਲੋਂ ਤੋੜਿਆ ਜਾ ਰਿਹਾ ਹੈ। ਇੰਨੀਆਂ ਬਰਕਤਾਂ ਵਰਤਦੀਆਂ ਹਨ, ਪਰ ਜਿਨ੍ਹਾਂ ਭਰੋਸਾ ਕੀਤਾ ਉਹਨਾਂ ਦੇ ਜੀਵਨ ਦੇ ਵਿੱਚ ਵਰਤਦੀਆਂ ਹਨ। ਸਾਧ ਸੰਗਤ ਜੀ, ਪਾਤਸ਼ਾਹ ਜੀ ਦੇ ਬਚਨ ਹਨ ਕਿ ਸਿਮਰਨ ਦੇ ਨਾਲ ਜੁੜਨਾ ਹੈ, ਨਾਮ ਦੇ ਨਾਲ ਜੁੜਨਾ ਹੈ। ਜਦੋਂ ਆਇਆ ਨਾ ਮੱਖਣ ਸ਼ਾਹ ਲਬਾਣਾ ਵੀ ਮੈਂ ਪਰਖ ਕਰਾਂ ਕਿਹੜਾ ਗੁਰੂ ਹੈ, ਬਾਬਾ ਬਕਾਲਾ ਵਿਖੇ 22 ਮੰਜੀਆਂ ਲੱਗੀਆਂ ਹੋਈਆਂ ਸਨ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਗੁੱਛਾ ਹੋਏ ਤਿਰਕਾਨੂਆ ਕਿਉਂ ਵੜੀਐ ਦਾਖੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ, ਗਹਿਣੇ ਜਿਉਂ ਜਰ ਪੋਛਦੇ ਨਹੀਂ ਸੋਇਨਾ ਸਾਖੈ, ਫਟਕਣਾ ਪੁੱਜਣ ਹੀਰਿਆਂ ਉਹ ਭਰੇ ਵਿਆਖੈ, ਧੌਲੇ ਦਿਸਨ ਸ਼ਾਹ ਦੁੱਧ ਸਾਧੋਂ ਗੁਣ ਗਾਖੈ, ਤਿਉਂ ਸਾਧ ਅਸਾਧ ਪਰਖੀਅਨ ਕਰਤੂਤ ਸੋ ਭਾਖੈ।
ਕਰਤੂਤ ਤੋਂ ਪਤਾ ਚੱਲਦਾ ਹੈ ਵੀ ਸਾਧ ਕੌਣ ਹੈ ਅਤੇ ਨਕਲੀ ਕੌਣ ਹੈ, ਅਸਾਧ ਕੌਣ ਹੈ। ਉਸ ਨੇ ਫਿਰ ਪੰਜ ਪੰਜ ਮੋਹਰਾਂ ਰੱਖਣੀਆਂ ਸ਼ੁਰੂ ਕੀਤੀਆਂ, ਜਿਹੜ ਤਾਂ ਐਵੇਂ ਬਣੇ ਸਨ, ਕਹਿੰਦੇ ਚਲੋ ਪੰਜ ਹੀ ਸਹੀ, ਜਿੰਨਾ ਆਇਆ ਹੈ ਮਾਲ ਓਨਾ ਹੀ ਠੀਕ ਹੈ। ਪਰ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ ਸੀ ਨਾ, ਪਾਰ ਲੰਘਾਇਆ ਬੇੜਾ ਤੇਰਾ, ਵੇਖ ਸਿੱਖਾ ਆ ਮੋਢਾ ਮੇਰਾ। ਕਹਿੰਦੇ ਆ ਮੋਢਾ ਲਾ ਕੇ ਬੇੜਾ ਬੰਨੇ ਲਾਇਆ ਹੈ, ਘਾਸੀ ਲੱਗੀ ਹੋਈ ਸੀ ਮੋਢੇ ਦੇ ਉੱਪਰ। ਸਾਧ ਸੰਗਤ ਜੀ, ਪਾਤਸ਼ਾਹ ਨੂੰ ਕੋਈ ਮਾਇਆ ਦਾ ਲਾਲਚ ਥੋੜੀ ਹੈ, ਕਿਸੇ ਦੀ ਭੇਟਾ ਦਾ ਲਾਲਚ ਥੋੜੀ ਹੈ। ਪਾਤਸ਼ਾਹ ਕੋਈ ਲੈਣ ਵਾਲੇ ਨਹੀਂ ਹਨ, ਪਾਤਸ਼ਾਹ ਦਾਤਾਂ ਦੇਣ ਵਾਲੇ ਹਨ। ਇੱਕ ਬਹਾਨਾ ਬਣਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦਾ ਭਲਾ ਕਰਨ ਵਾਸਤੇ, ਵੀ ਆਪਣੀ ਧਰਮ ਦੀ ਕਿਰਤ ਦੇ ਵਿੱਚੋਂ ਹਿੱਸਾ ਕੱਢਣਗੇ, ਇਹਨਾਂ ਦਾ ਭਲਾ ਹੋਵੇਗਾ। ਕਈ ਦੁੱਖ ਦਲਿੱਦਰ ਕੱਟੇ ਜਾਣਗੇ ਜੇਕਰ ਆਪਣੀ ਧਰਮ ਦੀ ਕਿਰਤ ਦੇ ਵਿੱਚੋਂ ਹਿੱਸਾ ਕੱਢਣਗੇ, ਇਹਨਾਂ ਦਾ ਧਰਮ ਦਾ ਰਾਹ ਖੁੱਲ ਜਾਵੇਗਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਕਹਿੰਦੇ ਫਿਰ ਰਸਤਾ ਉਹਨਾਂ ਨੂੰ ਲੱਭ ਜਾਂਦਾ ਹੈ। ਪਹਿਲੀ ਗੱਲ, ਜਿਹੜੇ ਧਰਮ ਦੀ ਕਿਰਤ ਕਰਦੇ ਹਨ, ਦੂਸਰੇ ਜਿਹੜੀ ਧਰਮ ਦੀ ਕਿਰਤ ਦੇ ਵਿੱਚੋਂ ਹਿੱਸਾ ਕੱਢਦੇ ਹਨ। ਸਾਧ ਸੰਗਤ ਜੀ, ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਚਨ ਹਨ ਕਿ ਸਭ ਤੋਂ ਪਹਿਲਾਂ ਗੁਰਸਿੱਖ ਜਿਹੜਾ ਹੈ, ਜਿੱਥੇ ਆਪਾਂ ਨਿਤਨੇਮ ਕਰਨਾ ਹੈ, ਨਿਤਨੇਮ ਦੇ ਨਾਲੋਂ ਟੁੱਟਣਾ ਨਹੀਂ, ਭਾਵੇਂ ਸਿਮਰਨ ਕਰਨਾ ਹੈ ਆਪਾਂ। ਕਈ ਐਸੇ ਵੀ ਲੋਕ ਹਨ ਜਿਹੜੇ ਸਾਨੂੰ ਅੱਜ ਨਿਤਨੇਮ ਦੇ ਨਾਲੋਂ ਵੀ ਤੋੜ ਰਹੇ ਹਨ, ਕਹਿੰਦੇ ਤੁਹਾਨੂੰ ਨਿਤਨੇਮ ਕਰਨ ਦੀ ਜ਼ਰੂਰਤ ਨਹੀਂ, ਬਹੁਤੀ ਛਾਲ ਨਹੀਂ ਹੈ ਉਹਨਾਂ ਲੋਕਾਂ ਦੀ, ਭਰਮਣ ਦੀ ਜ਼ਰੂਰਤ ਨਹੀਂ ਹੈ। ਉੱਚੀ ਦੁਕਾਨ ਫੀਕਾ ਪਕਵਾਨ, ਬਹੁਤੀ ਜ਼ਿਆਦਾ ਅੱਗੇ ਨਹੀਂ ਜਾ ਸਕਣਗੇ ਜਿਹੜੇ ਗੁਰੂ ਦਾ ਨਿਤਨੇਮ ਹੀ ਛੱਡ ਦੇਣਗੇ। ਅੱਜ ਤੋੜਿਆ ਜਾ ਰਿਹਾ ਹੈ, ਕਿਉਂਕਿ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੀ ਨਿਤਨੇਮ ਦੀ ਮਰਯਾਦਾ ਬੰਨ ਦਿੱਤੀ ਸੀ। ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਵਿਚਾਰਾ। ਔਰ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਪੰਜ ਬਾਣੀਆਂ ਦੇ ਨਾਲ ਜੋੜਿਆ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਅਭਿਆਸ ਕਰਨਾ ਹੈ, ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਨਾ ਹੈ, ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਜਾਪ ਕਰਨਾ ਹੈ। ਇਹ ਸੱਤ ਬਾਣੀਆਂ ਦਾ ਗੁਰਸਿੱਖ ਨਿਤਨੇਮੀ ਹੋਣਾ ਚਾਹੀਦਾ ਹੈ। ਹਰ ਨਾਲ ਦੀ ਨਾਲ ਅੰਮ੍ਰਿਤ ਵੇਲੇ ਜਿੱਥੇ ਸਿਮਰਨ ਕਰਨਾ ਹੈ, ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ। ਕਹਿੰਦੇ ਜੇਕਰ ਤੁਸੀਂ ਸਿਮਰਨ ਕਰੋਗੇ ਨਾ, ਇਹ ਸਿਮਰਨ ਤੁਹਾਡੇ ਸਾਰੀ ਮੈਲ ਨੂੰ ਧੋ ਸੁੱਟੇਗਾ। ਕਿੰਨਾ ਕੁਝ ਮਨ ਦੇ ਵਿੱਚ ਜਮ੍ਹਾਂ ਹੋਇਆ ਪਿਆ ਹੈ, ਕਿੰਨੀ ਗੰਦਗੀ ਭਰੀ ਹੋਈ ਹੈ। ਕਈ ਵਾਰੀ ਸਿਮਰਨ ਕਰਨ ਵਾਲੇ ਘਬਰਾ ਵੀ ਜਾਂਦੇ ਹਨ, ਜਦ ਸਿਮਰਨ ਕਰਦਿਆਂ ਕਰਦਿਆਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਮਾੜੇ ਖਿਆਲ ਅੰਦਰ ਪੈਦਾ ਹੁੰਦੇ ਹਨ। ਉਹ ਕਹਿੰਦੇ ਵੀ ਅਸੀਂ ਤਾਂ ਬਾਣੀ ਪੜ੍ਹ ਰਹੇ ਹਾਂ, ਸਿਮਰਨ ਕਰਨੇ, ਫਿਰ ਮਾੜੇ ਖਿਆਲ ਕਿਉਂ? ਪਰ ਸਤ ਪੁਰਸ਼ ਅਭਿਆਸੀ ਪੁਰਸ਼ਾਂ ਦੇ ਬਚਨ ਹਨ ਵੀ ਉਹ ਅਸਲ ਦੇ ਵਿੱਚ ਮੈਲ ਧੁੱਪ ਰਹੀ ਹੁੰਦੀ ਹੈ। ਸਿਮਰਨ ਬੰਦ ਨਹੀਂ ਕਰਨਾ, ਬਾਣੀ ਪੜ੍ਹਨੀ ਬੰਦ ਨਹੀਂ ਕਰਨੀ, ਜਾਰੀ ਰੱਖਣੀ ਹੈ, ਕਰਦੇ ਰਹਿਣਾ ਹੈ। ਇੱਕ ਨਾ ਇੱਕ ਦਿਨ ਫਿਰ ਸਾਰੀ ਮੈਲ ਧੁੱਪ ਜਾਵੇਗੀ, ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਵੇਗੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ। ਫਿਰ ਕੀ ਹੁੰਦਾ ਹੈ, ਕਹਿੰਦੇ ਸਦਾ ਰਹੇ ਗੁਰਨਾਲੇ। ਜਦ ਕਹਿੰਦੇ ਸਿਮਰਨ ਕਰਦਿਆਂ ਕਰਦਿਆਂ ਮਨ ਨਿਰਮਲ ਹੋ ਗਿਆ ਨਾ, ਉਸ ਵਕਤ ਫਿਰ ਸਤਿਗੁਰੂ ਹਮੇਸ਼ਾ ਆਪਣੇ ਗੁਰਸਿੱਖ ਦੇ ਅੰਗ ਸੰਗ ਹੁੰਦੇ ਹਨ, ਨਾਲ ਹੀ ਹੁੰਦੇ ਹਨ।
ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਬੀਰ ਸਾਹਿਬ ਜੀ ਨੇ ਵੀ ਫਰਮਾਇਆ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਾਤਸ਼ਾਹ ਫਰਮਾਉਂਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਸ ਕਰਕੇ ਸਾਧ ਸੰਗਤ ਜੀ, ਸਭ ਤੋਂ ਪਹਿਲੀ ਗੱਲ ਕਿ ਆਪਾਂ ਸਾਬਤ ਸੂਰਤ ਹੋਣਾ ਹੈ, ਗੁਰੂ ਵਾਲੇ ਬਣਨਾ ਹੈ। ਜਿਹੜੇ ਵੱਖ ਵੱਖ ਥਾਵਾਂ 'ਤੇ ਭਟਕਦੇ ਹਾਂ, ਸਭ ਦਾ ਤਿਆਗ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨਾ ਹੈ। ਜਾਗਤ ਜੋਤ ਜਪੈ ਦਿਸ ਬਾਸੁਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤ ਪਰਤ ਏਕ ਟੇਕ ਦੁਬਦਾ ਨਿਵਾਰੀ ਹੈ, ਪੂਛਤ ਨਾ ਜੋਤ ਕਉ ਬੇਦ ਥਿਤ ਵਾਰ ਕਸ਼, ਗ੍ਰਹਿ ਉਹ ਨਖਤਰ ਕੀ ਨਾ ਸ਼ੰਕਾ ਉਰ ਧਾਰੀ ਹੈ, ਜਾਣਤ ਨਾ ਸਗਨ ਲਗਨ ਆਨ ਦੇਵ ਸੇਵ, ਸ਼ਬਦ ਸੁਰਤ ਲਿਵ ਨਿਹੋ ਨਿਰੰਕਾਰੀ ਹੈ, ਸਿੱਖ ਸੰਤ ਬਾਲਕ ਸ਼੍ਰੀ ਗੁਰੂ ਪ੍ਰਤਪਾਲਕ ਹੋਏ, ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਸੱਚੀ ਮੁੱਚੀ ਆਪਾਂ ਬਾਲਕ ਬਣ ਜਾਈਏ, ਸਤਿਗੁਰ ਸਾਡੇ ਫਿਰ ਪ੍ਰਤਪਾਲਕ ਬਣ ਜਾਣ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤਿਹਾਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ। ਸਤਿਗੁਰੂ ਜੀ ਕਿਰਪਾ ਕਰਨ, ਸਮੇਂ ਦੀ ਸਮਾਪਤੀ ਹੈ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਾਧ ਸੰਗਤ ਜੀ, ਅੰਮ੍ਰਿਤ ਛਕੀਏ ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਵਾਏ ਹਨ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।